ਵੇਖੀ ਹਾਰ ਨਾ ਮਾਰ, ਕਈ ਵਾਰ ਮੂਹਰੇ ਆ ਜਾਂਦੀ ਆ ਕੁੜੀ, ਇਹ ਤਾਂ ਉਹੀ ਗੱਲ ਕਰਤੀ ਨਾ, ਹਾਰ ਨਾ ਮਾਰਿਆ ਮੂਹਰੇ ਹੋ ਗਈ, ਹੁਣ ਹੋਰ ਮਾਰ ਦੋ ਤਿੰਨ ਵਾਰ, ਤੂੰ ਮੈਂ ਮਰ ਜਾ ਦੇਖ ਕੇ ਭਾਈ ਥੱਲੇ ਆਉਣਾ ਹੈਗਾ ਬਈ, ਤੈਨੂੰ ਨੀ ਦਿੰਦਾ ਹੈਗਾ ਮੇਰੇ ਚ ਗੱਡੀ ਮਾਰਨੀ ਸੀ ਬਾਈ, ਜੇ ਦਿੰਦਾ ਤਾਂ ਹੀ ਹਾਰ ਨਾ ਮਾਰਿਆ ਹੈਗਾ, ਤੂੰ ਤਾਂ ਜਾਣ ਕੇ ਮੂਹਰੇ ਹੋ ਗਈ ਬਈ, ਜਾਣ ਕੇ ਕਾਹਨੂੰ ਬਈ, ਮੈਨੂੰ ਟੈਨਸ਼ਨ ਹੋਈ ਪਈ ਆ, ਮੈਂ ਤਾਂ ਕਰਕੇ ਨਾਲੇ ਮੇਰੀ ਗੱਲ ਸੁਣ ਭਾਈ, ਮੈਂ ਤਾਂ ਤੈਨੂੰ ਪਹਿਲੀ ਵਾਰ ਪਿੰਡ 'ਚ ਦੇਖਾ, ਕਿੱਥੋਂ ਆ ਕਿਹਦਾ ਮੁੰਡਾ ਤੂੰ? ਭਾਈ ਤੁਹਾਡੇ ਬਲਾਕ 'ਚ ਲੱਗਿਆ ਸੈਕਟਰੀਆਂ, ਤੁਹਾਡੇ ਪਿੰਡ ਕੰਮ ਕਰਦਾ ਡਿਊਟੀ? ਅੱਛਾ ਵੀੜਗਾ ਦਫ਼ਤਰ 'ਚ? ਅੱਛਾ ਅੱਛਾ, ਮੈਂ ਤਾਂ ਤੁਹਾਡੇ ਕੋਲੇ ਆਉਣਾ ਹੀ ਸੀ ਵੀਡੀਓ ਦਫ਼ਤਰ, ਸ਼ੁਕਰ ਆ ਤੁਸੀਂ ਇੱਥੇ ਆ ਗਏ, ਕੰਮ ਸੀ ਕੋਈ? ਹਾਂ ਕੰਮ ਸੀ ਮੈਡਮ ਜੀ, ਮੇਰੀ ਗੱਲ ਸੁਣ ਲਓ। ਹਾਂ ਦੱਸੋ ਭਾਈ। ਹਾਂ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ, ਮੇਰੀ ਗੱਲ ਸੁਣੋ, ਵੋਟਾਂ ਜਦੋਂ ਪੈਂਦੀਆਂ ਸੀ ਵੋਟਾਂ ਪਾਉਣੇ ਆ, ਮੈਂ ਤਾਂ ਤੁਹਾਡੇ ਕੋਲੇ ਜਾਣਾ ਸੀ ਵੀੜਗੋ ਦਫ਼ਤਰ ਚ, ਕੋਈ ਗੱਲ ਨੀ ਤੁਹਾਡੇ ਪਿੰਡ ਆ ਗਏ, ਚੱਲ ਘਰ ਪੈਣ ਵਾਲਾ, ਤੈਨੂੰ ਦਿਖਾਉਂਗੀ ਬਹੁਤ ਬੁਰੀ ਹਾਲਤ। ਸਰਪੰਚ ਨੇ ਕੀ ਕੀਤਾ, ਹਸਪਤਾਲ ਲੈ ਲੈ ਕੇ ਲੋਕੜੀਆਂ ਦੇ ਘਰ ਪਵਾਈ ਜਾਂਦਾ, ਥੋੜਾ ਮਸੂਕ ਪੱਟ ਰੱਖਿਆ ਉਹਦੀਆਂ ਤਾਂ ਕੋਠੀਆਂ ਚ ਨਮਾਈ ਜਾਂਦਾ ਮੇਰਾ, ਤੈਨੂੰ ਕੀ ਦੱਸਾਂ ਭਾਈ, ਤੂੰ ਤਾਂ ਸੈੱਟ ਕਰੀਆਂ ਕੀ ਲੱਗਿਆ ਹੋਇਆ ਤੂੰ, ਹਾਂ ਤੂੰ ਤਾਂ ਉਹ ਆਗਾ, ਹੁਣ ਤੇਰੇ ਕੋਲ ਕੀ ਪੜਦੇ ਫਿਰ, ਲੈ ਕਰ ਨਾਲ ਤਾਂ ਮੇਰਾ ਘਰ ਦੇਖ ਜੀ, ਨਾਲੇ ਮੈਨੂੰ ਇੱਥੇ ਤੱਕ ਛੱਡ ਦੇ, ਚੱਲ ਆ ਜਾ ਭਾਈ, ਆਹੋ ਬਠਿਆਲਾ ਗੱਡੀ ਚ। ਘਰ ਇੱਥੇ ਆ ਭਾਈ? ਆਹੋ ਲਵੀ ਆ, ਘਰ ਇੱਥੇ ਜੀ, ਆ ਜਾ ਮੈਨੂੰ ਪੰਜਾਹ ਵਾਰੀ ਗੱਲ ਕਰ ਲਈ, ਹੁਣ ਤੁਹਾਡੇ ਨਾਲ ਗੱਲ ਕੀਤੀ ਜੇ ਤੁਸੀਂ ਨਾ ਮੈਡਮ, ਮੈਂ ਤਾਂ ਜਾਊ ਭਾਈ, ਆਹੋ ਸਰਪੰਚ ਨਾਲ ਗੱਲ, ਚਾਹ ਪਾਣੀ ਬਣਾਈਏ? ਅੱਛਾ ਚੱਲ ਚੰਗਾ ਫਿਰ ਬਾਈ, ਗੌਰ ਰੱਖੀ ਚੰਗਾ ਗੱਲ ਤੇ। ਆਹੋ ਕਬੂਤਰੀ ਬਣਾਉਣੀ ਆ ਤੇ ਕਬੂਤਰੀ? ਅੱਛਾ ਹੁਣ ਤੂੰ ਪੱਕੇ ਕਬੂਤਰੀ ਰੱਖ ਲੈ, ਮਤਲਬ ਛੱਡ ਗਿਆ ਸਾਰਾ ਕੁਛ? ਪੱਕੇ ਕਬੂਤਰ ਨੀ, ਨੀ ਲਾਈ ਸੀ, ਭੁੱਲ ਗਿਆ। ਅੱਛਾ ਓਏ ਕਿਉਂ ਔਖਾ ਹੋਈ ਜਾਂਦਾ, ਐਵੇਂ ਢੱਡ ਇਕੱਠਾ ਕਰਾ ਲੇਗਾ, ਉਹ ਤੇਰੇ ਵੱਸ ਦੀ ਗੱਲ ਨੀ ਰਹੀ ਹੁਣ, ਚਾਹੇ ਛਤਰੀ ਚੱਕ ਚਾਹੇ ਢਾਂਗੇ ਚੱਕ, ਉਹ ਨੀ ਤੇਰੇ ਕੋਲ ਆਉਂਦੀ ਹੁਣ। ਤੈਨੂੰ ਇੱਕ ਗੱਲ ਪਤਾ ਕੀ, ਕਬੂਤਰੀ ਹਮੇਸ਼ਾ ਮਾਲਕ ਕੋਲ ਇੱਕ ਵਾਰ ਜ਼ਰੂਰ ਆਊ, ਚਾਹੇ ਉਹ ਭੁੱਲੀ ਭਟਕੀ ਉੱਧਰ ਬਹਿ ਜੇ। ਉਹ ਟਾਈਮ ਗਏ ਹੁਣ, ਹੁਣ ਨੀ ਮਾਲਕ ਮੂਲਕ ਕੋਈ, ਤੂੰ ਦੇਖੀ ਤਾਂ ਜਾਈ, ਇਹਦਾ ਫੜ ਲਈ ਕਬੂਤਰੀ। ਓਏ ਢਾਂਗਾ ਤੇਥੋਂ ਸਮਝਦਾ ਨੀ, ਉਹ ਮੈਂ ਤੈਨੂੰ ਹਲੇ ਵੀ ਕਹਿਣਾ, ਉਹ ਜਾ ਵਗ ਜਾ ਆਪਦਾ ਕੋਈ ਕੰਮ ਧੰਦਾ ਕਰ ਲੈ। ਆਹ ਲੱਗਦਾ ਬੈਠੀ ਆ ਓਏ, ਨਹੀਂ ਕੀ ਲੱਗਦਾ, ਮੈਨੂੰ ਲੱਗਦਾ ਦਿਨੇ ਸੁਪਨੇ ਆਉਣ ਲੱਗੇ ਤੈਨੂੰ ਸਰਪੰਚਾ। ਓਏ ਜਾ ਵਗ ਜਾ ਵਗ ਜਾ, ਮੇਰਾ ਬਲੱਡ ਨਾ ਵਧਾ, ਕਿਤੇ ਹੋਰ ਮੁੱਕੀਆਂ ਖਾ ਲੈ। ਹਾਂ ਮੈਂ ਲੱਗਦਾ ਆ ਫਿਰਦੀ ਆ ਓਏ, ਉਹ ਭਲੇਖੇ ਪੈਣ ਲੱਗੇ ਸਰਪੰਚਾ ਤੈਨੂੰ, ਵਗ ਜਾ। ਭਲੇਖੇ ਨਹੀਂ ਬਹੇਗੀ, ਲਾਲਾ ਜੋਰ ਜਿਹੜਾ ਲੱਗਦਾ ਪੈਂਦੀ, ਛੱਡਿਆ ਕਰ। ਮੈਂ ਕਹਿੰਦਾ ਭੁੱਲ ਜਾ ਸਰਪੰਚਾ, ਓਏ ਕੰਮ ਕਰ, ਉਹ ਦੂਆ ਦਾ ਕੰਮ ਆ ਦਾ, ਇੱਥੇ ਛਾਤਰੀ ਬੜਕਾਉਂਗਾ ਮੈਂ ਤੋਰੇ। ਆਓ ਮੇਰੀ ਗੱਲ ਸੁਣ ਲੈ ਇੱਕ, ਹੈਲੋ
ਪਹਿਲਾਂ ਤਾਂ ਮੈਂ ਸਮਝਾਈ ਜਾਂਦਾ ਸੀ ਤੈਨੂੰ ਪਿਆਰ ਨਾਲ, ਆਪਦੇ ਢੰਗ ਜੇ ਭੜਕਾਉਣੇ ਆ ਨਾ ਹੋ ਉੱਥੇ ਜਾ ਕੇ ਭੜਕਾ, ਜੇ ਮੇਰੇ ਬਾਰ ਮੂਹਰੇ ਆ ਕੇ ਸਾਹ ਵੀ ਲੈ ਲੈ ਨਾ ਤਾਂ ਤੈਨੂੰ ਮੈਂ ਨਾਲੀਆਂ 'ਚ ਪਾ ਪਾ ਕੁੱਟੂ। ਓ ਹੈਲੋ, ਕਬੂਤਰੀ ਤਾਂ ਇੱਥੋਂ ਹੀ ਬਿਠਾ ਕੇ ਲੈ ਕੇ ਜਾਓ, ਉਹ ਵਾਰ ਹੋਣੀ ਪੈਂਦੀ ਛਾਤਰੀ ਤੇ। ਇੱਥੋਂ ਤਾਂ ਭੁੱਲ ਜਾ, ਮੇਰੇ ਕੋਲੇ ਜਿੰਦਾ ਹੀ ਵਾਲਾ ਭੈੜਾ ਰੱਖਿਆ ਹੋਇਆ ਸਰਪੰਚਾ। ਵੈਸੇ ਹੋਈ ਤੇਰੇ ਨਾਲ ਮਾੜੀ ਹਨਾ ਓਏ, ਉਹ ਤਾਂ ਪਤਾ ਲੱਗ ਜੂ ਕਿਹਦੇ ਨਾਲ ਮਾੜੀ ਹੈ, ਕਹਿੰਦਾ ਘਰਦੀ ਨਾ ਘਾਟਦੀ। ਉਹ ਤਾਂ ਪਤਾ ਲੱਗ ਜੂ, ਕਲਵੰਤ ਬਾਬੇ ਤੇਰੇ ਲਈ ਗ੍ਰਹਿ ਹੀ ਆ ਗਿਆ ਓਏ। ਓਏ ਤੈਨੂੰ ਨਾ ਉਹਦੇ ਬਚਾ ਵੀ ਕਲਵੰਤ ਨਹੀਂ ਦਿੱਤਾ, ਨਹੀਂ ਮੈਂ ਤੈਨੂੰ ਦੱਸ ਦਿੰਦਾ ਵੀ ਮੈਂ ਚੀਰ ਕੀ ਆ। ਆਇਓ ਜਾਨਾ ਕੋ ਨਹੀਂ, ਮੈਂ ਮੇਰੇ ਸਾਲੇ ਦਾ ਸਿਰ ਪਾੜ ਦੂੰ। ਆ ਆ ਹੈਲੋ, ਨਿਕਲ ਜਾ ਨਿਕਲ ਜਾ ਇੱਥੋਂ। ਆਓ ਆਓ ਆ ਬਹਿ ਜਾ, ਲਾ ਰੱਖੀ ਓਏ। ਠੀਕ ਠਾਕ, ਨਾਲੇ ਪਤਾ ਵੀ ਇੱਥੇ ਪੈਣਗੀਆਂ, ਫਿਰ ਵੀ ਜਾਣ ਜਾਣ ਕੇ ਪੰਗੇ ਲੈਂਦਾ। ਉਹ ਟੱਪ ਜਾ ਟੱਪ ਜਾ, ਕਿਤੇ ਹੋਰ ਮੈਂ ਇੱਥੋਂ ਤੂੰ ਹੱਕ ਟਾ ਲੈ। ਆ ਬਹਿ ਜਾ ਸਿੰਦਰੇ ਬਹਿ ਜਾ। ਉਹ ਜਾਨਾ ਕਿ ਨਹੀਂ, ਆ ਆ ਆ ਆਓ ਆ। ਲੈ ਬਾਪੂ। ਹਾਂ ਪੁੱਤਾ, ਹੁਣ ਡਾਕਟਰ ਨੇ ਕਿਹਾ 2-3 ਦਿਨਾਂ ਤੱਕ ਤੇਰਾ ਪੂਰਾ ਵਧੀਆ ਦਿਸਣ ਲੱਗ ਜੂ ਤੈਨੂੰ। ਅੱਛਾ ਪੁੱਤਾ। ਹਾਂ ਚੰਗੀ ਗੱਲ ਹੈ, ਸ਼ੁਕਰ ਹੈ ਜੇ ਮੈਨੂੰ ਦਿਸਣ ਲੱਗ ਜੇ। ਮੈਂ ਕਹਿੰਦਾ ਮਹਾਰਾਜ ਸੋਨੇ ਸਭ ਦੀ। ਹੁਣ ਤਾਂ ਤੈਨੂੰ ਇੱਥੋਂ ਬੈਠੇ ਨੂੰ ਬਣਾਲੀ ਵਾਲਾ ਥਰਮਲ ਵੀ ਦਿਸਿਆ ਕਰੂ। ਅੱਛਾ ਥਰਮਲ? ਹਾਂ ਹੋ ਪੁੱਤਰਾ, ਮੈਨੂੰ ਤਾਂ ਆਪਣੇ ਪੈਰਾਂ ਦੇ ਤੋਂ ਚਾਨਣ ਦਿਸਣ ਲੱਗ ਜੇ, ਇੰਨੀ ਬਹੁਤ ਹੈ, ਆਪਣਾ ਘਰ ਬਾਹਰ ਹੀ ਦਿਸਣ ਲੱਗ ਜੇ, ਇਹੀ ਬਥੇਰਾ ਹੈ। ਦੂਰ ਦੂਰ ਤੱਕ ਦਿਸਿਆ ਕਰੂ। ਲਿਆ ਪੁੱਤਾ, ਸ਼ਾਬਾਸ਼ੇ। ਚੰਦਰੇ ਹੁਣ ਡਾਕਟਰ ਨੇ ਕਿਹਾ ਵੀ 2-3 ਦਿਨਾਂ ਤੱਕ ਪੂਰਾ ਵਧੀਆ ਦਿਸਣ ਲੱਗ ਜੂਗਾ। ਹੈ ਬਾਪੂ, ਹਾਏ ਕਿੰਨੀ ਖੁਸ਼ੀ ਵਾਲੀ ਗੱਲ ਆ। ਬਾਪੂ ਮੇਰੇ ਤਾਂ ਦੇਖੀ ਐ ਆ ਵੀ ਸਭ ਤੋਂ ਪਹਿਲਾਂ ਹੁਣ ਤਾਂ ਆਪਦੀ ਧੀ ਨੂੰ ਦੇਖੇਗਾ। ਸਹੀ ਗੱਲ ਹੈ ਪੁੱਤ, ਦੇਖ ਲੈ ਮੇਰੀ ਨਿਗਾਹ ਤੋਂ ਬਿਨਾਂ ਮੈਨੂੰ ਐ ਨਾ ਕੁਛ ਨਹੀਂ ਪਤਾ ਲੱਗਦਾ ਵੀ ਕੌਣ। ਬਾਲਾ ਨਾ ਬੋਲੇਗਾ, ਡਾਕਟਰ ਨੇ ਪਰਹੇਜ਼ ਕਰੇ ਨੇ ਕੁਛ ਚੰਦਰੇ। ਅੱਛਾ। ਹਾਂ ਇੱਕ ਤਾਂ ਵੱਧ ਬੋਲਣਾ ਨਹੀਂ, ਇੱਕ ਮਿਰਚ ਨਹੀਂ ਦੇਣੀ। ਠੀਕ ਹੈ। 2 ਹਫ਼ਤੇ ਤੱਕ ਮਿਰਚ ਪੱਕਾ ਹੀ ਨਹੀਂ ਦੇਣੀ ਜਮਾਂ। ਤੇ ਇੱਕ ਕਹਿੰਦੇ ਵੀ ਜੇ ਦਾਰੂ ਪਿਆਲਾ ਪੀਂਦੇ ਉਹ ਨਹੀਂ ਦੇਣਾ, ਤੇ ਮੈਂ ਕਿਹਾ ਵੀ ਉਹ ਤਾਂ ਨਹੀਂ ਪੀਂਦਾ ਨਹੀਂ ਹੈਗਾ। ਛਿੰਦਰ ਨੂਣ ਮਿਰਚਾਂ ਦਾ ਖਿਆਲ ਰੱਖੀ, ਪਰ ਮਿਰਚਾਂ ਤੋਂ ਬਿਨਾਂ ਮੈਨੂੰ ਦਾਲ ਸਵਾਦ ਹੀ ਨਹੀਂ ਲੱਗਣੀ। ਕੋਈ ਨਾ ਕੋਈ ਨਾ, 2 ਹਫ਼ਤਾ ਦੀ ਗੱਲ ਹੈ, ਉਦੋਂ ਬਾਅਦ ਹਰੀ ਮਿਰਚ ਪਾ ਦਿਆ ਕਰਾਂਗੇ। ਚੰਗਾ, ਐਂ ਕਰੂੰਗਾ ਮੈਂ ਕਾਲੀਆਂ ਮਿਰਚਾਂ ਲਿਆ ਦੂੰਗਾ। ਠੀਕ ਹੈ ਨਾ, ਜਿਵੇਂ ਮਰਜ਼ੀ, ਆਪਾਂ ਤਾਂ ਢੱਡੀ ਭਰਨਾ ਪੁੱਤ। ਹਾਂ ਚਰਨਜੀਤ ਤੋਂ ਮਿਲ ਜਾਣਗੀਆਂ। ਠੀਕ ਹੈ, ਰਹਿੰਦਾ ਖੁੰਦਾ ਮੈਨੂੰ ਦਿਸਣ ਲੱਗ ਜੇ ਨਾ, ਸ਼ੁਕਰ ਹੈ ਰੱਬ ਦਾ। ਬਾਪੂ ਦਿਸਣ ਲੱਗ ਜੇਗਾ, ਕਿਉਂ ਨਹੀਂ ਦਿਸੂਗਾ ਤੈਨੂੰ। ਠੀਕ ਹੈ ਧੀ। ਮੈਂ ਕਹਿੰਦਾ ਜਿੰਦਰੇ ਐਂ ਕਰ, ਤੂੰ ਚਾਹ ਦੀ ਘੁੱਟ ਬਣਾ, ਮੈਂ ਮਾੜਾ ਜਿਹਾ ਆਉਣਾ। ਠੀਕ ਹੈ, ਜਾ ਆਓ ਬਾਪੂ। ਹਾਂ ਪੁੱਤ, ਸੁਣ ਲਿਆ ਤੁਸੀਂ? ਹਾਂ ਸੁਣ ਲਿਆ ਧੀ, ਸੁਣ ਲਿਆ। ਮੈਂ ਤੁਹਾਨੂੰ ਤਾਂ ਹੀ ਕਹਿੰਦੀ ਸੀ ਵੀ ਆ ਦਾਰੂ ਨਾ ਪੀਆ ਕਰੋ। ਓਹੋ ਧੀਏ, ਮੈਂ ਕਿਹੜਾ ਆਪ ਲਿਆ ਕੇ ਪੀਣਾ ਸੀ? ਉਹ ਤਾਂ ਇੱਕ ਦਿਨ ਸਰਪੰਚ ਪਿਆ ਗਿਆ, ਉਹ ਇੱਕ ਦਿਨ ਮੱਗਰ ਸਿੰਘ ਪਿਆ ਗਿਆ, ਮੱਲੋ ਮੱਲੀ, ਉਹਨਾਂ ਨੂੰ ਵੀ ਐਂ ਲੱਗਿਆ ਵੀ ਚੱਲ ਬੁੜਾ ਆਦਮੀ ਆ, ਪਿਆ ਦਿਆਂ ਘੁੱਟ। ਬਾਪੂ ਤੂੰ ਗੱਲ ਨਹੀਂ ਸਮਝਦਾ, ਆ ਦੇਖ ਲਾ ਹੁਣ ਤਾਂ ਡਾਕਟਰ ਨੇ ਵੀ ਕਹਿਤਾ ਕਿ ਦਾਰੂ ਤੋਂ ਦੂਰ ਰਹਿ, ਮਸਾ ਤਾਂ ਤੇਰੀਆਂ ਅੱਖਾਂ ਲੋਟ ਆਉਣ ਲੱਗੀਆਂ ਨੇ, 4 ਦਿਨ ਰਹਿ ਗਏ, ਆ ਹੱਥ ਜੋੜ ਕੇ ਬੇਨਤੀ ਪਰਹੇਜ਼ ਕਰ ਲਈ। ਚੰਗਾ ਧੀਏ, ਉਹ ਐਂ ਸੀ ਵੀ ਚੱਲ ਜੇ ਹਫ਼ਤੇ 'ਚ ਇੱਕ ਅੱਧੀ ਵਾਰ ਪੀਤੀ ਜਾਵੇ ਨਾ 2 ਘੁੱਟਾਂ, ਉਹ ਫਿਰ ਮੈਂ ਠੀਕ ਜੇ ਰਹਿ। ਨਹੀਂ ਬਾਪੂ, ਤੈਨੂੰ ਪਤਾ ਕਿੰਨੀ ਦਵਾਈ ਬੂਟੀ ਤੇਰੀ ਕਰਵਾਈ ਆ, ਮਸਾ ਲੋਟਾਉਣ ਲੱਗਿਆ ਆ। ਚੰਗਾ, ਉਹੀ 4 ਦਿਨ ਨਹੀਂ ਰਹਿ ਜਾਂਦਾ ਤੁਹਾਡੇ ਤੋਂ? ਕੋਈ ਨਹੀਂ, ਐਂ ਤਾਂ ਦੇਖੋ ਹੁਣ ਧੀਏ, ਮੈਂ ਸੋਥੋਂ ਬਾਹਰ ਨਹੀਂ, ਜਿਵੇਂ ਤੁਸੀਂ ਮੈਨੂੰ ਤਾਂ ਆਪਣਾ ਰੁੱਖੀ ਮਿੱਸੀ ਫੜਾ ਦਿਓ, ਮੈਂ ਕਿਹੜਾ ਦਾਰੂ ਬਿਨਾਂ ਮਰਦਾ ਹੈ। ਚੱਲ ਜੇ ਬਾਪੂ ਸਰਪੰਚ ਆਵੇ ਵੀ ਨਾ ਘਰੇ ਤਾਂ ਕੋਈ ਗੱਲ ਨਹੀਂ, ਜੀ ਸਦ ਕੇ ਆਵੇ ਉਹ। ਠੀਕ ਹੈ, ਬਸ ਤੂੰ ਉਹਦੇ ਕੋਲ ਦਾਰੂ ਦਾ ਨਾਮ ਨਾ ਲਈ, ਹੈ ਨਾ? ਕੋਈ ਨਹੀਂ, ਮੈਂ ਤਾਂ ਨਹੀਂ ਰਹਿੰਦਾ, ਉਹ ਐਂ ਵੀ ਉਹ ਮੱਲੋ ਮੱਲੀ ਪਿਆ ਦਿੰਦਾ ਪੁੱਤ, ਮੈਂ ਫਿਰ ਉਹਨੂੰ ਜਵਾਬ ਦੇਣਾ ਔਖਾ ਲੱਗਦਾ। ਚੱਲ ਕੋਈ ਨਹੀਂ, ਉਹਨੂੰ ਤਾਂ ਮੈਂ ਸਮਝਾ ਦਾਂਗੀ ਵੀ ਤੈਨੂੰ ਪਿਆਵੇ ਨਾ, ਤੇ ਚੱਲ ਤੂੰ ਬੈਠ। ਚੰਗਾ, ਹੁਣ ਸਿੰਦਰ ਤੂੰ ਬਾਹਲਾ ਨਾ ਕਹੀਂ ਉਹਨੂੰ ਕੁਛ। ਨਹੀਂ ਮੈਂ ਨਹੀਂ ਕਹਿੰਦੀ ਬਾਪੂ। ਆਹੋ ਠੀਕ ਹੈ।
ਕਿਵੇਂ ਕੁਲਵੰਤ? ਠੀਕ ਹੈ ਸਰਪੰਚ ਸਾਹਿਬ, ਕੀ ਹਾਲ ਹੈ? ਠੀਕ ਹੈ ਬਾਪੂ, ਠੀਕ ਹੈ ਹੁਣ? ਹਾਂ ਸੈੱਟ ਹੈ, ਹੁਣ ਕਰਾ ਲਿਆ ਆਪਰੇਸ਼ਨ ਮੈਂ ਦੁਬਾਰਾ। ਅੱਛਾ ਕਰਾ ਲਿਆ, ਠੀਕ ਹੈ, ਕੀ ਕਹਿੰਦੇ? ਹਾਂ ਉਹ ਕਹਿੰਦਾ 3-4 ਦਿਨਾਂ ਤੱਕ ਆ ਜੂ ਨੇਗਾ ਦੁਬਾਰੇ। ਚਲ ਚਲ ਵਧੀਆ ਗੱਲ ਹੈ। ਹਾਂ ਹੋ ਜੂ ਸਰ। ਤੇ ਹੋਰ ਫਿਰ ਤੇਰੇ ਯਾਰ ਦਾ ਕੀ ਹਾਲ ਹੈ? ਉਹ ਯਾਰ ਆਏ ਹੀ ਨਹੀਂ, ਜਿੱਦ ਦਿਨ ਤੁਸੀਂ ਲੜੇ ਜੇ ਸੀਗੇ ਉਦੋਂ ਮੁੜ ਕੇ ਆਏ ਨਹੀਂ ਘਰੇ, ਉਹ ਨਾ ਉਹ ਆਇਆ। ਆਊਗਾ ਕਿਵੇਂ? ਕਿਉਂ? ਇੱਕ ਤਾਂ ਹੁੰਦਾ ਯਾਰ, ਹਾਂ ਇੱਕ ਹੁੰਦਾ ਆ ਯਾਰ ਮਾਰ। ਯਾਰ ਮਾਰ ਮੈਂ ਸਮਝਿਆ ਨਹੀਂ ਕੁਛ ਯਾਰ। ਕੋਈ ਨਾ ਕਦੇ ਬੈਠੇ ਜਿੱਦੇ ਤੈਨੂੰ ਉਦੇ ਦੱਸਾਂਗੇ ਵੀ ਕੀ ਗੱਲ ਹੈ। ਤਾਂ ਵੀ ਦੱਸ ਕੇ ਤਾਂ ਜਾ। ਕੋਈ ਨਾ ਆ ਜੀ ਕਦੇ ਲਾਵਾਂਗੇ ਪੈਗ ਪੁਗ, ਤੈਨੂੰ ਸਮਝਾਉ। ਪੈਗ ਤਾਂ ਛੱਡੀ ਹੋਈ ਹੈ ਹੁਣ ਯਾਰ। ਕੋਈ ਗੱਲ ਨਹੀਂ ਫਿਰ, ਇੱਧਰ ਤਾਂ ਚੱਲਦੀ ਹੈ। ਅੱਛਾ ਹਾਂ, ਚੰਗਾ ਕੁਲਵੰਤ। ਚੰਗਾ, ਤੈਨੂੰ ਕੀ ਪਤਾ ਯਾਰ ਮਾਰ ਕੀ ਹੁੰਦੀ ਹੈ। ਉਹ ਗੱਠ ਜਾ ਕੇ ਯਾਰ ਹੁੰਦੀ ਹੈ, ਯਾਰ ਮਾਰ ਹੁੰਦੀ ਹੈ। ਗੱਲ ਕੀ ਹੋਈ? ਤੇਰਿਆਂ ਦੁੱਖਾਂ 'ਚ ਜਾਵਾਂ ਬੈਲੀ ਬਣ ਤਾ। ਕਿਉਂ ਹੋਈ ਬੇ? ਕਿਹੜਾ ਸਰਪੰਚ ਆ? ਸਰਪੰਚ ਬੇ, ਤੂੰ ਸਾਡੇ ਘਰੇ ਕੀ ਕਰਦਾ? ਨਾਲੇ ਸੀਸੇ ਮੂਰੇ ਖੜਾ ਪੋਚਦਾ ਦੇਖ ਕੇ ਮੈਂ ਮਾਰਦਾ ਵੀ ਜੇ ਮੈਂ ਕੋਈ ਟੈਨਸ਼ਨ ਹੀ ਨਾ ਹੋਵੇ। ਟੈਨਸ਼ਨ ਕਾਹਦੀ ਹੈ ਮੈਨੂੰ? ਚੱਲ ਮੈਨੂੰ ਤਾਂ ਪਤਾ ਨਹੀਂ ਬੇ, ਮੇਰੀ ਗੱਲ ਸੁਣ। ਸਾਡੇ ਘਰੇ ਚੱਕ ਕੇ ਬੂਥਾ ਆ ਜਾਣਾ, ਕਿਉਂ? ਸਾਡੇ ਤਾਂ ਪਹਿਲੀ ਨਹੀਂ ਕਲੇਸ਼ ਖਤਮ ਹੁੰਦਾ। ਫਿਰ ਕੀ ਹੋ ਗਿਆ, ਮੈਂਬਰ ਵੀ ਆਉਂਦੀ ਆ, ਮੈਂ ਤਾਂ ਵੈਸੀ ਆਇਆ। ਬੇ ਮੇਰੀ ਗੱਲ ਸੁਣ, ਬੈਵ ਤਾਂ ਕਰਨ ਦੀ ਲੋੜ ਨਹੀਂ, ਕੋਈ ਮੈਂਬਰ ਨਹੀਂ ਆਇਆ। ਮੈਂ ਗਲਤ ਨਹੀਂ ਤੁਰੀ ਫਿਰਦੀ ਜੇ ਮੈਂ ਤੂੰ ਆ ਸਿੰਦਰ ਨਾਲ। ਚਲ ਉਹ ਤਾਂ ਸਾਡੇ, ਤੂੰ ਮੈਨੂੰ ਤਾਂ ਨਹੀਂ ਛੱਡੀ, ਸਿੰਦਰ ਤਾਂ ਨਹੀਂ ਛੱਡੀ। ਤੂੰ ਮੈਨੂੰ ਐਂ ਦੱਸ, ਬੀੜੀ ਵੀਡੀਓ ਤੇਰੇ ਕੋਲ ਕਿਵੇਂ ਆਈ ਹੈ? ਮੈਨੂੰ ਕੀ ਪਤਾ ਹੈਗਾ ਕਿਵੇਂ ਆਈ ਹੈ, ਬਸ ਮੇਰੇ ਕੋਲ ਆ ਗਈ ਵੀਡੀਓ। ਦੇਖ ਬਿੰਦਰੀ ਮੇਰੀ ਗੱਲ ਸੁਣ, ਤੂੰ ਮੈਨੂੰ ਐਂ ਦੱਸ ਦੇ ਵੀਡੀਓ ਕਿਵੇਂ ਆਈ ਹੈ ਤੇਰੇ ਕੋਲ। ਬੇ ਮੇਰੀ ਗੱਲ ਸੁਣ, ਮੈਂ ਤੈਨੂੰ ਦੱਸਾਂ, ਮੇਰਾ ਫੋਨ ਉਹ ਫਿਰ ਮੇਰੇ ਕੋਲ ਵੀ ਆਊਗੀ, ਤੂੰ ਸਮਝ ਲੈ ਆਪਦੇ ਆਪ ਹੀ। ਸਰਪੰਚ ਆ ਫਿਰ ਵੀ ਸਮਝਦਾਰ ਹੋਣਾ ਚਾਹੀਦਾ। ਇੱਕ ਮਿੰਟ, ਫਿਰ ਐਂ ਨਹੀਂ ਦੱਸਦੀ ਹੈ ਨਾ ਤੂੰ। ਵਗ ਜਾ ਵੱਜ ਜਾ, ਤੇਰੇ ਵਰਗੇ ਛੱਤੀ ਫਿਰਦੇ ਨੇ ਬੇ, ਕੁੰਡਾ ਕਾਤੋਂ ਲਾਈ ਜਾਂਦੇ ਵੇ। ਮੈਂ ਤੈਨੂੰ ਐਂ ਪੁੱਛਦਾ ਬਿੰਦਰੀ ਵੀ ਵੀਡੀਓ ਕਿਵੇਂ ਆਈ ਸੀ? ਮੈਂ ਤਾਂ ਮੇਰਾ ਫੋਨ ਬਣ ਗਈ ਉਹ। ਹਾਂ ਮੈਨੂੰ ਸਹੀ ਸਹੀ ਦੱਸ ਦੇ ਵੀ ਤੂੰ ਬਣਾਈ ਹੈ ਜਾਂ ਤੇਰੇ? ਨਾ ਮੈਂ ਨਹੀਂ ਬਣਾਤੀ, ਨਾ ਮੈਨੂੰ ਤਾਂ ਆਪ ਨਹੀਂ ਪਤਾ, ਫੋਨ ਤਾਂ ਮੇਰੇ ਘਰ ਵਾਲਾ ਲੈ ਕੇ ਗਿਆ ਸੀ। ਤੇ ਫਿਰ ਤੈਨੂੰ ਮੇਰੇ ਘਰ ਵਾਲੇ ਕੋਲੇ ਜ਼ਰੂਰੀ ਸੀ ਦਿਖਾਉਣੀ? ਬੇ ਮੈਨੂੰ ਕੀ ਲੋੜ ਹੈ, ਮੈਂ ਵੀ ਨਹੀਂ ਦਿਖਾਈ ਹੈਗੀ। ਉਹ ਤੂੰ ਕਿਤੇ ਟਿਕ ਵੀ ਜਾਇਆ ਕਰ, ਲੋਕਾਂ ਦੇ ਖੇਤ ਨਹੀਂ ਛੱਡਦੀ, ਕਿਸੇ ਦਾ ਘਰ ਨਹੀਂ ਛੱਡਦੀ ਪੱਟੇ ਬਿਨਾ। ਮੈਨੂੰ ਕੀ ਲੋੜ ਆ ਕਿਸੇ ਦਾ ਘਰ ਪੁੱਟਣ ਦੀ? ਤੇਰੇ ਕੋਲ ਹੈਗੀ ਹੈ ਵੀਡੀਓ? ਨਾ ਮੇਰੇ ਕੋਲ ਨਹੀਂ ਹੈਗੀ। ਦੇਖ ਬਿੰਦਰੀ ਮੇਰੀ ਗੱਲ, ਜੇ ਹੈਗੀ ਹੈ ਤਾਂ ਡਿਲੀਟ ਕਰ ਦੇ, ਬੋਲ ਪੈਸੇ ਦੇ ਮੈਂ ਤੈਨੂੰ। ਮੇਰੇ ਤਾਂ ਫੋਨ ਹੀ ਪਤਾ ਨਹੀਂ ਕਿੱਥੇ ਪਿਆ ਹੈਗਾ, ਪਤਾ ਨਹੀਂ ਕਿਹੜਾ ਆ ਗਿਆ ਬੇ। ਬਗ ਜੇ ਮੇਰੇ ਘਰ ਵਾਲਾ ਨਾ ਹੋਵੇ ਮਤਲਬ ਵੀਡੀਓ ਡਿਲੀਟ ਕਰ ਦੇ, ਜਾਂ ਬਗ ਜੇ ਮੇਰੇ ਘਰ ਵਾਲਾ ਨਾ ਹੋਵੇ ਫਿਰ ਤੈਨੂੰ ਪਤਾ ਵੀ ਗੇਮ ਪਹਿਲਾਂ ਹੀ ਪਈ ਸੀ, ਵੀਡੀਓ ਡਿਲੀਟ ਕਰ ਦੇ। ਕੋਈ ਨਾ ਮੈਂ ਕਰ ਦੂੰਗੀ, ਜਾਂ ਬਗ ਜਾ ਹੁਣੇ ਕਰ ਮੇਰੇ ਸਾਹਮਣੇ ਬੇ, ਕਰ ਦੂੰਗੀ ਬਗ ਜਾ। ਮੇਰੀ ਗੱਲ ਸੁਣ ਲੈ ਵੀਰ, ਵੀਡੀਓ ਡਿਲੀਟ ਹੋਣੀ। ਹਾਂ ਵੀਡੀਓ ਡਿਲੀਟ ਹੋਊਗੀ। ਨਹੀਂ ਪਰ ਤੈਨੂੰ ਪਤਾ ਵੀਡੀਓ ਡਿਲੀਟ ਹੋਊਗੀ। ਹਾਂ ਕੋਈ ਨਾ ਮੈਂ ਕਰ ਦੂੰਗੀ, ਬਗ ਜਾ ਮੇਰੇ ਘਰ ਵਾਲਾ ਆ ਗਿਆ ਮੈਨੂੰ ਲੱਗਦਾ। ਆਉਣੀ ਆ ਕੌਣਾ, ਮਰ ਚੜੇ ਨੇ ਮਰਵਾ ਕੇ ਧਰੂਗਾ ਇਹ ਕਦੇ ਨਾ ਕਦੇ। ਮੈਂ ਤਾਂ ਆਪ ਪੰਗਾ ਹੀ ਕਰ ਰੱਖਿਆ ਤੇ ਮਾਂਗਰ ਲੱਗ ਕੇ ਸਿਆਪਾ ਹੀ ਹੋ ਰਿਹਾ। ਖੋਲਦੀ ਆ ਨੀ, ਕਿਵੇਂ ਸਰਪੰਚ ਨੀ? ਆਇਆ ਲੰਘਿਆ, ਅੱਜ ਤਾਂ ਗੋਭੀਆਂ ਬਣੀਆਂ ਜਾ ਰਹੀਆਂ ਨੇ। ਕਿਉਂ, ਜੱਗੀ ਜੀ ਨੂੰ ਵਾਲੀ ਪਸੰਦ ਆ ਨਾ? ਬਾਈ ਜੀ ਜੂ ਤਿਆਰੀ ਆ, ਕੁਛ ਲਿਆ ਨਹੀਂ ਦਿੱਤਾ ਹੋਣਾ ਉਹਨੇ। ਨਾ ਉਹ ਸਿਆਉਣੇ ਦੀਆਂ ਝਾਂਜਰਾਂ ਕਹਿ ਕੇ ਗਿਆ ਸਵੇਰੇ, ਮੈਨੂੰ ਆਉਂਦਾ ਹੋਇਆ ਫੜ ਕੇ ਲਿਆਊਗਾ ਅੱਜ। ਸਾਲੀ ਉਹ ਸਿਆਲੀ, ਹੋਰ ਦੱਸ ਕਿਵੇਂ ਆ? ਹੋਰ ਵਧੀਆ, ਤੂੰ ਸੁਣਾ? ਵਧੀਆ, ਕਿਵੇਂ ਕਿਹੜਾ ਮੇਰੇ ਨਾਲ ਦਾ ਸੂਟ ਸਮਿਆ ਲਿਆ ਨਹੀਂ?
ਮੈਨੂੰ ਫਿਰ ਲਿਆ ਕੇ ਦਿੰਦਾ ਰਹਿੰਦਾ ਨਾ ਆਪ ਹੀ ਲਿਆਉਂਦਾ ਸਿੰਦ ਪਸੰਦ ਕਰਕੇ ਸੂਟ ਬਥੇਰੀਆਂ ਮਸ਼ਕਰੀਆਂ ਕਰਦਾ ਉਹ ਮੇਰੇ ਨਾਲ ਬਥੇਰੇ ਆਡੇ ਬੰਦਾ ਤੇਰੇ ਨਾਲ ਕੀ ਮਸ਼ਕਰੀ ਕਰਤੀ ਪਹਿਲਾਂ ਐਂ ਦੱਸ ਮੈਨੂੰ ਮੈਂ ਕੀ ਤੈਨੂੰ ਦੱਸਾਂ ਬਥੇਰਾ ਕੁਛ
ਕਰੇ ਉਹ ਹਾਂ ਪਹਿਲਾਂ ਤੇ ਪਿਆਰ ਵਰਗਾ ਹੁਣ ਨਹੀਂ ਹੈਗਾ ਤੇਰੇ ਪਿਆਰ ਵਰਗਾ ਕੋਈ ਗੱਲ ਨਹੀਂ ਦੇਖੂਗੇ ਮੈਂ ਉਹਦੇ ਉਹਦੇ ਮੈਂਬਰ ਨੂੰ ਆਪ ਹੀ ਨਹੀਂ ਕਿਹਾ ਤੂੰ ਵੀ ਫੋਨ ਦਿੱਤਾ ਹੈਗਾ ਮੈਨੂੰ ਨਿਊ ਫੜਾਇਆ ਸੀ ਉਹਨੇ ਮੈਂ ਆਏ ਤਾਂ ਨਹੀਂ ਫੋਨ ਲੈਂਦੀ ਮੇਰੀ ਗੱਲ ਸੁਣ ਮੇਰਾ ਗੱਲ ਸੁਣ ਲੈ ਪਹਿਲਾਂ ਤਾਂ ਆ ਗਏ ਠਾਣੇ ਠੂਣੇ ਚ ਮੁੜ ਕੇ ਨਹੀਂ ਮੈਂ ਆਉਣ ਦਿੰਦੀ ਹੈਗੀ ਹਾਂ ਤੇਰੇ ਵਰਗੀ ਕਰ ਵੀ ਕੀ ਲਊਗੀ ਤੂੰ ਜਾਂਦੀ ਉਹਦੇ ਠਾਣੇ ਚ ਤਾਂ ਨਾਲ ਸਹਿਹਾਂ ਦਿੰਨੀਆਂ ਤਾਂ ਹੀ ਤਿੰਨ ਚਾਰ ਘਰ ਹੋਰ ਪੱਟਦਾ ਉਹ ਕਿਹੜੇ ਘਰ ਪੱਟਤੇ ਮੈਨੂੰ ਪਹਿਲਾਂ ਇਹ ਦੱਸੀ ਪੱਟਤੇ ਸਿੰਦਰ ਦਾ ਘਰ ਹੋਣੇ ਨਹੀਂ ਸੱਡੇ ਬਿੰਦ ਦੀਪੀ ਦਾ ਘਰ ਹੋਣੇ ਨਹੀਂ ਸੱਡੇ ਮੱਚਣਾ ਮੇਰਾ ਨਾ ਹੀ ਆ ਜਾਂਦਾ ਚੰਗਾ ਮੈਂ ਬੇਜੇ ਗਲਤ ਤਾਂ ਹੀ ਤੇਰਾ ਤੇਰੇ ਤੋਂ ਆ ਗਿਆ ਛੋੜ ਕੇ ਮੈਂ ਤਾਂ ਤੈਨੂੰ ਤਲਾਕ ਕਰ ਗਈ ਹਾਂ ਲੰਡਾ ਲੁੱਚਾ ਆਪ ਦੂਜਿਆਂ ਨੂੰ ਦੋਸਤ ਕਹਿੰਦੇ ਲੁੱਚੀ ਘੁੱਗੀ ਕਾਂ ਬਦਨਾਮ ਮੇਰੇ ਘਰ ਵਾਲੇ ਨੂੰ ਜੱਗੀ ਜੀ ਨੂੰ ਹੀ ਦੇਖੀ ਲੈ ਬਦਨਾਮ ਕਰੀ ਜਾਣਗੇ ਵਿਚਾਰਾ ਇੰਨਾ ਸ਼ਰੀਫ ਹੋ ਰਿਹਾ ਹੁਣ ਹੁਣ ਤਾਂ ਕੋਈ ਸ਼ਿਕਾਇਤ ਨਹੀਂ ਆਈ ਹੈਗੀ ਨਾ ਸੱਚ ਉਹਦੀ ਵੀਡੀਓ ਡਿਲੀਟ ਕਰ ਦੀ ਜੇ ਮੈਨੂੰ ਤੇਰੇ ਫੋਨ 'ਚ ਦੀਗੀ ਨਾ ਤੇਰਾ ਗਾਟਾ ਲਾ ਦੂੰ ਮੈਂ ਤਾਂ ਕਰਦੀ ਨਹੀਂ ਅੜੀਏ ਸਰਵੰਚਾ ਬਾਲੀ ਨਾ ਭਾਈ ਉਹ ਬਾਲੀ ਨਹੀਂ ਪਾਉਂਦਾ ਕਿਉਂ ਟੈਂਸ਼ਨ ਲੈਂਦੀ ਹੈ ਓਏ ਮੁੱਕੂ ਗਏ ਓਏ ਨਹੀਂ ਮੁੱਕਦੇ ਆਪਾਂ ਹੋਰ ਰਹਿਵਾਂਗੇ ਇਹ ਵਾਧੂ ਪੈਸਾ ਖਾਸੀ ਮਹਿੰਗੀ ਆ ਖਾਸੀ ਮਹਿੰਗੀ ਕਦੇ ਪੀਤੀ ਆ ਤੂੰ ਨਾ ਪਤਾ ਕਿਹੜੀ ਹੈ ਕਿਹੜੀ ਹੈ ਕਾਲਾ ਕੁੱਤਾ ਹਾਂ ਅੱਛਾ ਇਹਨੂੰ ਅੰਗਰੇਜ਼ੀ ਚ ਕਹਿੰਦੇ ਆ ਡੌਗ ਰੈੱਡ ਡੌਗ ਬੰਦਾ ਵਾਲਾ ਭੈੜਾ ਸਰਪੰਚ ਆ ਤੂੰ ਬੰਦਾ ਫਿਰ ਤੈਨੂੰ ਪੁੱਛੀ ਆ ਮੈਂਬਰ ਵੀ ਨੰਬਰ 1 ਬੰਦਾ ਹੈ ਆ ਭਰਾ ਤੂੰ ਨੰਬਰ 1 ਬੰਦਾ ਤੂੰ ਕੰਜਰ ਬੰਦਾ ਤੂੰ ਜਾਵਾ ਹਾਂ ਮੈਨੂੰ ਦੱਸ ਓਏ ਹਾਂ ਵੀਰ ਤੈਨੂੰ ਫੋਨ ਕਿਵੇਂ ਲੈ ਕੇ ਤਾ ਸੀ ਲਗੋਈ ਨਾ ਗੱਲ ਝੂਠ ਨਾ ਬੋਲਿਆ ਬੰਦਾ ਪੀ ਕੇ ਝੂਠ ਨਹੀਂ ਬੋਲ ਮੈਂ ਤੂੰ ਮੇਰਾ ਭਾਈ ਆ ਭਾਈ ਭਾਈ ਆ ਮਦਰ ਹਾਂ ਭਾਈ ਸੱਚ ਬੋਲੂ ਜਮਾ ਤੇਰ ਮਾਰਾ ਤਰ ਪੀ ਕੇ ਬੰਦਾ ਝੂਠ ਬੋਲ ਹੀ ਨਹੀਂ ਸਕਦਾ ਮੈਂ ਬੜਾ ਉਹ ਵੀ ਨਹੀਂ ਬੋਲਦਾ ਚੱਲ ਉਹ ਫੋਨ ਦਾ ਨਾ ਉਹ ਜਰ ਮੀਂਹ ਪਾਇਆ ਸੀ ਤੂੰ ਦਵਾਇਆ ਸੀ ਚੱਲ ਪੈਗ ਪੀ ਪੈਗ ਪੀ ਜਸ ਚੇਰ ਉਹ ਤਾਂ ਮੈਂ ਨਾ ਇੱਕ ਬੰਦਾ ਪਛਾਉਣਾ ਸੀ ਅੱਛਾ ਬੰਦਾ ਪਛਾਉ ਉਹ ਕਾਟੀ ਬਾਟੀ ਨਹੀਂ ਸੀ ਤੇਰੀ ਸ਼ਾ ਉਹਦੇ ਨਾਲ ਉਹ ਨਹੀਂ ਯਾਰ ਮਾਂ ਯਾਰ ਝੂਠ ਨਾ ਬਾਲ ਬੱਚਾ ਵਾਲਾ ਯਾਰ ਬੰਦਾ ਯਾਰ ਝੂਠ ਨਾ ਬੋਲੀ ਉਹ ਨਹੀਂ ਯਾਰ ਤੂੰ ਤਾਂ ਅੱਛਾ ਬੰਦਾ ਪਛਾਉਣਾ ਸੀ ਉਹ ਹਾਂ ਕਿਹੜਾ ਬੰਦਾ ਪਛਾਉਣਾ ਸੀ ਉਹ ਓਏ ਯਾਰ ਖਿੱਚ ਪੈਣੇ ਇੱਥੇ ਪੀ ਜਾਣਾ ਬੈਠਾ ਚੱਲ ਖੜਾ ਹੋ ਤੇ ਰੋਟੀ ਖਾ ਝੂਸ ਲੈ ਰੋਟੀ ਉਹ ਖਰਜ ਕਰਨੇ ਆ ਪੱਗ ਦਰਾ ਰਹੀ ਪੈਗ ਬਹੁਤ ਲਾਲੇ ਤੂੰ ਪੀ ਜਾਣਾ ਉਹ ਬਾਤ ਕਾਲ ਸਰਪੰਚ ਨਹੀਂ ਏ ਮੈਂ ਬਾਈ ਕੋਲੇ ਬੈਠਾ ਬਾਈ ਕੋਲੇ ਬੈਠਾ ਆਪਦੇ ਘਰੇ ਜਾ ਕੇ ਝੂਟਸਲਾ ਤੁਰਿਆ ਨਹੀਂ ਜਾਣਾ ਫਿਰ ਤੈਨੂੰ ਛੱਡ ਕੇ ਕੌਣ ਆਊਗਾ ਸਰਪੰਚ ਜੇ ਮੂੰਹ ਤੋਂ ਨਾ ਬਾਥਰੂਮ ਚ ਭਾਗ ਜਾ ਬਤਰੀਜ਼ ਮੇਰੇ ਗੱਲ ਸੁਣ ਜਾ ਜਾ ਚੱਲ ਖੜਾ ਉਹ ਮੈਂ ਤਾਂ ਇਹ ਕਹਿੰਦਾ ਮੈਂਬਰ ਨੂੰ ਐ ਨਹੀਂ ਬੋਲਦੇ ਹੁੰਦੇ ਵੱਡਾ ਬੰਦਾ ਵੱਡੇ ਬੰਦੇ ਨੂੰ ਦੱਸ ਕਿੱਡਾ ਖਾਉਦਾ ਇਹਦੇ ਕੋਲੇ ਸਰਪੰਚ ਨਹੀਂ ਮੈਂ ਆ ਮੈਂ ਇਹ ਨਹੀਂ ਵੱਡਾ ਬੰਦਾ ਕੱਦ ਚ ਵੱਡਾ ਬੰਦਾ ਫਿਰ ਹੋ ਹੀ ਜਾਵੇ ਆਪਦੇ ਘਰੇ ਹੋਊਗਾ ਚੱਲ ਵੇ ਖੜਾ ਸਰਪੰਚ ਨਹੀਂ ਆਹੋ
ਗੁੱਸਾ ਨੀ ਕਰ ਰੋਟੀਆਂ ਮੁੱਕ ਗਈ ਘਰੇ ਲਾ ਜਾ ਤੂੰ ਖੜਾ ਬਿੱਲੀ ਵਾਂਗੂ ਮੂੰਹ ਮੇਰੇ ਫਿਰਦਾ ਹੁੰਦਾ ਗਾ ਡਿੱਗ ਜਾਂਦਾ ਹੁੰਦਾ ਬੰਦਾ ਪਰ ਮੇਰੀ ਗੱਲ ਸੁਣ ਸਰਪੰਚ ਨੀ ਗੁੱਸਾ ਨਹੀਂ ਕਰਨਾ ਨਹੀਂ ਪੈਦਲ ਚੱਲ ਮੈਂ ਨਹੀਂ ਡਿੱਗਦਾ ਬਾਈ ਮੈਂਬਰ ਨੰਬਰ 1 ਬੰਦਾ ਡਿੱਗਣਾ ਜਾਈ ਠੰਡ ਨੀ ਯਾਰ ਨੀ ਡਿੱਗਦਾ ਬਾਈ ਮੈਂ ਤੇਰੇ ਕਰਕੇ ਦਾਰੂ ਪੀਤੀ ਆ ਕੋਈ ਨਾ ਫਿਰ ਹੋ ਗਿਆ ਉਹ ਨੰਬਰ 1 ਬੰਦਾ ਨੰਬਰ 1 ਮੈਂ ਆਪੇ ਆਪਣੇ ਘਰ ਯਾਰ ਉਹ ਨਹੀਂ ਯਾਰ ਮੈਂ ਫਿਰ ਮੇਰਾ ਬਾਈ ਨੀ ਯਾਰ ਗੱਡੀ ਆ ਗਈ ਗੱਡੀ ਸ਼ਹਿਰ ਤੇ ਹੋਇਆ ਆਉਂਦੇ ਬਈ ਲਿਆ ਲਿਆ ਬਈ ਲਿਆ ਰੰਗੇ ਚੱਲ 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 ਨਾਗੀ 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 ਬਈ ਨਾਗੀ ਗੱਡੀ ਰੱਦੀ ਲਾ ਦੇ ਬਈ ਓਏ ਲਈ ਫਿਰਦੇ ਆ ਓ ਕੀ ਯਾਰ ਸਿੰਦਰੇ ਹਾਂ ਬਾਪੂ ਸਿੰਦਰ ਕਿੱਥੇ ਹੈ ਸਿੰਦਰ ਰੋਟੀ ਬਣਾਈ ਜਾਂਦੀ ਸੀ ਹੁਣ ਤਾਂ ਨਾ ਇੱਧਰ ਤਾਂ ਹੈ ਨਹੀਂ ਰਸੋਈ 'ਚ ਉੱਧਰ ਅੰਦਰ ਵੀ ਨਹੀਂ ਦੀ ਸਿੰਦਰ ਸਿੰਦਰੇ ਅੱਧੀ ਰਾਤ ਹੋ ਗਈ ਕਿੱਧਰ ਗਈ ਹੈ ਜਾਣਾ ਕਿੱਥੇ ਆ ਤਾਂ ਮਾਨਸਿਆ ਮੈਂ ਤਾਂ ਕਹਿੰਦੀ ਰੋਟੀ ਖਾ ਲਾ ਬਾਪੂ ਤੈਨੂੰ ਦੱਸ ਕੇ ਨਹੀਂ ਗਈ ਕੁਛ ਨਾ ਮੈਂ ਤਾਂ ਕਹਿੰਦੀ ਰੋਟੀ ਖਾ ਲਾ ਤੂੰ 10 ਮਿੰਟ ਹੀ ਹੋਏ ਨੇ ਸਾਰੇ ਮੱਗਰ ਨੂੰ ਫੋਨ ਲਾ ਕੇ ਪੁੱਛਦਾ ਉਹਨਾਂ ਦੇ ਘਰੇ ਨੇ ਵੀ ਇੱਕ ਵਾਰੀ ਪੁੱਛ ਲੈ ਬਾਈ ਮੱਗਰ ਦਾ ਫੋਨ ਬੰਦ ਆ ਜਾਂਦਾ ਹੈ ਅੱਛਾ ਹੋਰ ਮੈਂ ਆਪ ਕਹੀ ਜਾਣਾ ਮੈਂ ਤਾਂ ਹੁਣ ਮਾੜਾ ਜਿਹਾ ਗਿਆ ਸੀ ਬਾਹਰ ਮੇਰੇ ਆਉਂਦੇ ਨੂੰ ਘਰੇ ਨਹੀਂ ਹੈਗੀ ਤੁਹਾਡੇ ਵੀ ਤਾਂ ਨਹੀਂ ਗਈ
ਨਾ ਬਈ ਸਾਡੇ ਕਣੀ ਨਹੀਂ ਗਈ, ਅਸੀਂ ਦਾਲ ਨਹੀਂ ਬਣਾਈ ਅੱਜ। ਮੈਂ ਤਾਂ ਦਾਲ ਜੀ ਲੈਣ ਆਈ ਤੇ ਮੈਂ ਪੁੱਛਾਂ ਕਾਦੀ ਬਣਾਈ ਆ। ਕੋਈ ਨਹੀਂ, ਦਾਲ ਤਾਂ ਤੂੰ ਲੈ ਜੀ ਭਾਈ, ਸਿੰਦਰ ਇੱਥੇ ਹੀ ਖੜੀ ਹੋਈ ਆ ਕਿਸੇ ਪਾਸੇ। ਚੱਲ ਕੋਈ ਨਹੀਂ ਬਾਪੂ, ਹੁਣ ਤਾਂ ਮੈਂ ਅਹੀਂ ਖਾ ਲੂ ਨੂੰ ਲਾ ਕੇ ਖਾ ਲੂੰਗੀ ਮੈਂ। ਮੈਂ ਦੇਖ ਕੇ ਆਵਾਂ ਸਿੰਦਰ ਨੂੰ ਬਾਪੂ, ਮੈਂ ਦੇਖ ਆਵਾਂ ਮਾੜਾ ਸਿੰਦਰ ਨੂੰ ਚੰਗਾ। ਦੇਖਿਆ ਲੜ ਨੂੰ ਮੈਂ ਦਿਮਾਗ ਕਰ ਲਿਆ ਮੇਰਾ। ਸਿੰਦਰ ਵੀ ਨਹੀਂ ਘਰੇ ਹੈਗੀ, ਗਏ ਤਾਂ ਗਏ ਕਿੱਥੇ? ਦਾਲ ਚ ਕੁਛ ਕਾਲਾ ਤਾਂ ਹੀ ਦਿਨ ਦਾ ਭੜਕਦਾ ਫਿਰਦਾ ਸੀ। ਸਿੰਦਰ ਗਈ ਤਾਂ ਗਈ ਕਿੱਥੇ? ਦਾਲ ਚ ਕੁਛ ਕਾਲਾ ਹੈਗਾ ਤਾਂ ਹੀ ਸਵੇਰ ਦਾ ਭੜਕਦਾ ਫਿਰਦਾ ਸੀ। ਹੁਣ ਕਹਾਂ ਤਾਂ ਕਿਹਨੂੰ ਕਹਾਂ, ਕਿੱਥੇ ਦੇਖਾਂ ਮੈਂ? ਇਹ ਸਾਲੀ ਦੀ ਗਈ ਕਿੱਥੇ? ਸਾਰਾ ਗੁਆਂਢ ਪਰੋਲ ਲਿਆ, ਕਿਸੇ ਦੀ ਨਹੀਂ ਹੈਗੀ। 22 ਰੁਪਏ ਚਾਹੀਦੀ ਸੀ ਮੈਨੂੰ, ਉਹ ਵੀ ਲੱਗਦਾ ਹੈ ਕੋਈ ਗੱਲ ਦਾਲ ਕਾਲਾ ਲੱਗਦਾ। ਪਤਾ ਨਹੀਂ ਕਿੱਥੇ ਆ ਸਰਪੰਚ, ਅੱਜ ਉਹਨੂੰ ਕਦੋਂ ਦੀ ਲੱਭੀ ਜਾਂਦੀ ਆ। ਮੈਨੂੰ ਤਾਂ ਮਿਲਦਾ ਹੀ ਨਹੀਂ ਹੈਗਾ, ਊਂ ਇੱਧਰ ਉੱਧਰ ਫਿਰੀ ਜਾਊਗਾ। ਅੱਜ ਜਦੋਂ ਕੰਮ ਦੀ ਲੋੜ ਹੈ ਹੁਣ ਆਉਂਦਾ ਨਹੀਂ ਮੂਹਰੇ। ਮੈਨੂੰ ਤਾਂ ਐਂ ਸੀਗਾ ਵੀ ਚੱਲ ਵਿਚਾਰੇ ਨਾਲ ਪਿਆਰ ਦੀਆਂ ਗੱਲਾਂ ਤਾਂ ਕਰਾਂ, ਉਹਨੂੰ ਕਹਾਂ ਤਾਂ ਸਹੀ ਵੀ ਗਲਤੀ ਤਾਂ ਮੇਰੀ ਸੀਗੀ, ਪਰ ਮਿਲਦਾ ਹੀ ਨਹੀਂ ਪਿਆ। ਰਿੰਗ 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 ਉਹ ਤੇਰੇ ਟਿੱਲੇ ਤੋਂ ਦੀ ਦੀ ਜ਼ੂਰਤ ਹੀਰ ਦੀ ਆ ਦੇਖ ਗੋਰਖਾ ਉੜਦੀ ਹੈ ਫੁਲਕਾਰੀ ਟਿੰਗ ਟਿੰਗ ਲਿੰਗ 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 ਰਿੰਗ 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 ਬਿੱਤਨ ਮੈਂ ਘੰਟੇ ਦੀ ਭਾਲਦੀ ਫਿਰਦੀ ਹਾਂ, ਤੂੰ ਕਿੱਧਰ ਫਿਰਦਾ ਗਲੀਆਂ ਚ ਭੌਂਕਦਾ? ਘਰੇ ਲੱਭ ਕੇ ਸਿੰਦਰ ਕੇ ਵੀ ਗਈ, ਸਿੰਦਰ ਵੀ ਨੀ ਘਰੇ, ਮੈਨੂੰ ਟੈਨਸ਼ਨ ਪੈ ਗਈ। ਇਹਦਾ ਮਤਲਬ ਸਿੰਦਰ ਨੂੰ ਮੈਂ ਭਜਾ ਕੇ ਲੈ ਗਿਆ? ਮੈਂ ਕਿਹਾ ਤੁਹਾਨੂੰ ਪਹਿਲਾਂ ਐਂ ਦੱਸੋ, ਮੈਂ ਕਹਿੰਦੀ ਨੀ ਹੈਗੀ, ਤੈਨੂੰ ਪਤਾ ਥਾ ਮੈਨੂੰ ਕਿੰਨਾ ਪਿਆਰ। ਨਹੀਂ ਹੈ, ਮੈਨੂੰ ਵੀ ਅੱਜ ਤਰਸ ਜਾਇਆ, ਦੇਖੀ ਮੈਂ ਉਹਦੀਆਂ ਐ ਕੁੱਟ ਦਿੰਨੀ ਆ ਤੁਹਾਨੂੰ, ਹਣਾ ਕੁੱਟਣਾ ਨਹੀਂ ਚਾਹੀਦਾ ਮੈਨੂੰ, ਪੈਰ ਹੀ ਹੱਥ ਲਾਉਣੇ ਚਾਹੀਦੇ ਨੇ। ਮੁਰਗਾ ਤੂੰ ਮਾਰੀ ਨਹੀਂ ਐ, ਤਾਂ ਮੈਂ ਤੁਹਾਨੂੰ ਦੱਸਿਆ ਸੀ ਪੈਸਰ ਵੈਕਸਟ ਕਰਿਆ ਕਰ ਮੇਰੀ ਕਿਵੇਂ ਉਹ ਜ਼ਰ ਜੋ ਵੀ ਹੁੰਦੀ ਆ। ਤੇ ਮੈਂ ਕਹਿੰਦੀ ਸੀ ਰੋਟੀ ਬਣੀ ਕੋਈ ਠੰਡੀ ਹੋ ਜੂਗੀ, ਰੋਟੀ ਖਾ ਲਓ ਹਣਾ, ਘਰ ਰੱਖੀ ਐ। ਹਾਂ ਮੈਨੂੰ ਫਿਕਰ ਹੋ ਗਈ ਮੇਰੇ ਜੱਗੀ ਜੀ ਰੋਟੀ ਖਾਣਗੇ ਆ ਕੇ ਹਣਾ, ਤੇ ਫਿਰ ਮੈਨੂੰ ਐ ਹੋਗਾ ਨਾ ਜੇ ਤੁਸੀਂ ਨਾ ਲੱਭੇ ਹਣਾ, ਮੇਰੀਆਂ ਝਾਂਜਰਾਂ ਰੁੱਲ ਜਾਣਗੀਆਂ, ਫਿਰ ਮੈਂ ਝਾਂਜਰਾਂ ਕਿੱਥੋਂ ਲਿਆਉਂਗੀ? ਉਹ ਤਾਂ ਵੈਸੇ ਵੀ ਨਹੀਂ ਮਿਲਣੀ ਹੈ। ਕਿਆ ਮੈਂ ਕਿਹੜਾ ਲਿਆ ਕੇ ਦੇਣੀ ਆ ਤੁਹਾਨੂੰ? ਰੋਟੀ ਖਾ ਲੋ ਜਾ ਕੇ ਨਾ, ਮੈਂ ਇੱਕ ਬੁਰਕੀ ਤੁਹਾਡੇ ਮੂੰਹ ਚ ਪਾਉ, ਤੁਸੀਂ ਇੱਕ ਬੁਰਕੀ ਮੇਰੇ ਮੂੰਹ ਚ ਪਾਇਆ। ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਹੋ? ਬਸ ਕਿਉਂ ਮਜ਼ਾਕ ਮਜ਼ਾਕ? ਮੈਨੂੰ ਪਤਾ ਤੁਸੀਂ ਬਾਹਲੇ ਮਜ਼ਾਕੀ ਹੋ। ਮੈਂ ਗਰਲਫ੍ਰੈਂਡ ਤਾਂ ਹੈਗੀ ਤੁਹਾਡੀ ਹਨਾ, ਇੰਨਾ ਪਿਆਰ ਕਰਦੇ ਤੁਸੀਂ, ਹੁਣ ਮੈਨੂੰ ਇੱਕ ਬੁਰਕੇ ਅੱਜ ਮੈਂ ਤੁਹਾਡੇ ਮੂੰਹ ਚ ਪਾਉਂਗੀ, ਤੁਸੀਂ ਮੇਰੇ ਮੂੰਹ ਚ ਪਾ ਦਿਓ ਹਨਾ, ਅਸੀਂ ਕਰਾਂਗੇ ਅੱਜ। ਦੇਖ ਕਿੰਨੇ ਘਰ ਆਏ ਸੀ? 26 13 ਹਜ਼ਾਰ ਇਹਦੇ ਚੋਂ 3 ਹਜ਼ਾਰ ਆਪਣਾ ਰਾਤ ਲੱਗ ਗਿਆ।
ਕਾਤੇ ਲਾਤਾ ਯਾਰ ਰਾਤ? ਕਿਉਂ ਉਦੋਂ ਤਾਂ ਕਹਿੰਦਾ ਮੈਂ ਕੜਾ ਬੱਲਿਆ ਮੁਰਗਾ ਲਿਆ ਰੋਸਟਡ ਲਿਆ। ਉਹ ਮੈਨੂੰ ਕਿਹੜੀਆਂ ਲੱਤਾਂ ਖਵਾਈਆਂ ਤੂੰ ਯਾਰ? ਲੱਤਾਂ ਤੈਨੂੰ ਮੱਗਰ ਤੋਂ ਵੀ ਖਵਾਈਆਂ ਸੀ ਯਾਦ ਨਹੀਂ? ਉਹ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਯਾਰ। ਓਏ ਹੁਣ ਤੂੰ ਰੌਲਾ ਕਿਉਂ ਪਾਈ ਜਾਂਦਾ? ਪੈਸਿਆਂ ਦੀ ਵੰਡ ਵੇਲੇ ਰੌਲਾ ਪਾਉਣ ਲੱਗ। ਚੱਲ ਵੰਡ ਛੇ ਤੂੰ ਮੈਂ ਲੈ ਵੰਡ ਦਾ। ਇਹ ਟਿੱਕੇ ਸਾ ਇੱਧਰ, ਇੱਕ ਹਿੱਸਾ ਇੱਧਰ ਤੇ ਆਹ ਤੇਰਾ। ਉਹ ਆਹ ਤਿੰਨ ਕਿਹਦੇ ਨੇ? ਇੱਕ ਸਰਪੰਚਣੀ ਦਾ, ਇੱਕ ਮੇਰਾ ਤੇ ਇੱਕ ਤੇਰਾ। ਮੇਰਾ ਹਿੱਸਾ ਛੋਟਾ? ਤੇਰਾ ਉਦਾਂ ਵੀ ਛੋਟਾ। ਫਿਰ ਇੱਕ ਮੈਂਬਰਨੀ ਦਾ ਵੀ ਪਾ ਦੇ। ਕਿਉਂ ਪਾ ਦਾ? ਕਿਉਂ ਲੈ ਉਹ ਤੇਰਾ ਹਿੱਸਾ ਪਾ ਦਾ, ਮੈਂ ਇਹੀ ਬਹੁਤਾ ਨਹੀਂ, ਇਹ ਵੀ ਚੱਕ ਲੈਣਾ ਨਾ। ਧਰ ਧਰ ਤੇ ਆ ਵੀ ਇੱਧਰ, ਆ ਵੀ ਮੇਰਾ ਹਿੱਸਾ, ਆ ਫਿਰ ਤੇਰਾ। ਠੀਕ ਹੈ ਯਾਰ, ਵੱਡੇ ਨੋਟ ਤਾਂ ਮੇਰੇ ਯਾਰ, ਤੂੰ ਉਧਰ ਲੈ ਯਾਰ ਸਾਰੇ। ਓ ਯਾਰ ਤੇਰਾ ਮੈਂ 20 ਵਾਰੀ ਦੱਸਤਾ ਵੀ ਉਧਰ ਛੋਟਾ, ਆ ਲੈ ਫੜ ਫੜ। ਇੰਨੀ ਹੋਰ ਗੱਲੋ ਗੱਲੋ ਸਰਪੰਚ ਸਾਹਿਬ ਸਾਰੀ ਵੀਡੀਓ ਬਣ ਗਈ। ਉਹ ਵੀਡੀਓ ਨਾ ਬਣਾਓ ਜੀ, ਫਿਲਟਰ ਲਾ ਲੈ ਜੀ, ਵੀਡੀਓ ਨਾ ਬਣਾ ਲਾਉਣੇ ਤੇਰੇ ਫਿਲਟਰ। ਕਾਹਦੇ ਚੱਕੀ ਬੈਠੋ ਪੈਸੇ? ਇਹ ਤਾਂ ਜੀ ਉਹ ਕੱਟਾ ਜਾ ਤੇ ਕੋ ਪਿੱਪਲ ਵੇਚਿਆ ਸੀ ਸਕੂਲ 'ਚ ਜੀ। ਹਾਂ ਸਕੂਲ 'ਚ ਪਿੱਪਲ ਵੀ ਵੇਚਿਆਗਾ? ਹਾਂ ਜੀ ਹਾਂ। ਮੈਥੋਂ ਬਿਨਾਂ ਪੁੱਛੇ ਤੁਹਾਡੀਆਂ ਤਿੰਨ ਸ਼ਿਕਾਇਤਾਂ ਆਈਆਂ ਨੇ। ਪਹਿਲਾਂ ਤਾਂ ਇੱਕ ਤੁਸੀਂ ਬਿੰਦਰੀ ਕੌਰ ਭੋਲਾ ਸਿੰਘ ਦਾ ਘਰ ਕੱਟਤਾ, ਦੂਜਾ ਤੁਸੀਂ ਸਕੂਲ 'ਚੋਂ ਬਿਨਾਂ ਪੁੱਛੇ ਦਰਖਤ ਵੇਚਤੇ, ਤੀਜਾ ਤੁਸੀਂ ਆਹ 500-500 ਰੁਪਇਆ ਘਰਾਂ ਦਾ ਇਕੱਠਾ ਕਰ ਲਿਆ। ਕੌਣ ਕਹਿੰਦਾ ਜੀ? ਜਨਾਬ ਗ੍ਰਿਫਤਾਰ ਕਰੋ ਇਹਨਾਂ ਨੂੰ, ਦੇ ਕੇ ਰਿਸ਼ਵਤ ਦਾ ਪਰਚਾ ਅੰਦਰ ਸੱਟੋ। ਮੇਰੀ ਗੱਲ ਸੁਣੋ, ਮੈਂ ਸੈਕਟਰੀ ਸਾਹਿਬ, ਤੁਹਾਨੂੰ ਕਹਿੰਦਾ ਕੌਣ ਆ? ਯਾਰ ਸ਼ਿਕਾਇਤ ਹੋਈ ਆ ਤੁਹਾਡੀ ਐਪਲੀਕੇਸ਼ਨ ਤਿੰਨਾਂ ਕਿਉਂ ਵਿਰੁੱਧ? ਮੇਰੀ ਗੱਲ ਸੁਣੋ ਯਾਰ, ਜਿਹੜਾ ਬਿੰਦਰੀ ਬੁੰਦਰੀ ਵਾਲਾ ਉਹ ਤਾਂ ਇਸੇ ਨਹੀਂ ਕਟਾਇਆ, ਉਹ ਆਪਾਂ ਨੂੰ ਕੀ ਲੋੜ ਆਈ? ਉਹ ਲੋੜ ਬੰਦਾ ਉਹਦਾ ਕਿਉਂ ਕੱਟਿਆ ਕਰ? ਇਹਨੇ ਕੱਟਿਆ ਜੀ, ਉਹਦੇ ਪਿੰਡਾਂ ਦੇ ਮਸਲੇ ਹੋਣਗੇ। ਉਹ ਤੂੰ ਤਾਂ ਕੱਟਿਆ, ਕਹਿੰਦੇ ਹਾਂ ਮੈਂ ਕੱਟਿਆ, ਮੈਂ ਬਚਾ ਲੂੰ ਤੈਨੂੰ ਆਪੇ। ਤੁਸੀਂ ਕਿਰਪਾ ਕਰੋ ਜੀ ਇਹਨਾਂ ਨੂੰ ਅੰਦਰ ਸੱਟੋ ਜਾ ਕੇ। ਚਾਹ ਪਾਣੀ ਪੁੱਛਣਾ ਨਾਲੇ ਰਸਮ ਦਾ ਦਿਓ। ਚਾਹ ਮੇਰੀ ਗੱਲ ਚ ਚਾਹ ਬਣਾਉਣੀ ਬੈਠੋ, ਚਾਹ ਤੁਹਾਨੂੰ ਚਾਹ ਦਾ ਅੰਦਰ ਜਾ ਕੇ ਪਿਆਵਾਂਗੇ। ਚਾਹ ਪਿਆਵਾਂਗੇ ਸੁਣੋ, ਅਸੀਂ ਪਿਓਨੇ ਚੱਲ ਕੇ ਚੱਲ। ਇਹਨੂੰ ਕਰੋ, ਦੋਨਾਂ ਨੂੰ ਕਰੋ ਕਿਰਪਾ ਜੀ। ਇੱਕ ਇੱਕ ਮਿੰਟ ਜਣਾ, ਉਹ ਮੇਰੀ ਗੱਲ ਸੁਣੋ। ਉਹ ਤੂੰ ਆਪਦੇ ਤੇ ਕੇਸ ਪਵਾ ਲਾ, ਤੈਨੂੰ ਤਾਂ ਮੈਂ ਵੀ ਛਡਾ ਲੂੰ, ਬਾਅਦ ਚ ਜੇ ਆਪਾਂ ਦੋਨੇ ਵੱਜ ਗਏ ਕਿਸੇ ਨੇ ਨਹੀਂ ਛਡਾਉਣਾ। ਫੜੋ ਫੜੋ ਦੋਨਾਂ ਨੂੰ ਫੜੋ ਜੀ, ਦੋਨਾਂ ਤੂੰ ਵੀ ਖੜਾ ਹੋ ਭਾਈ। ਮੈਂ ਮੇਰੀ ਗੱਲ ਸੁਣੋ ਜੀ, ਪੈਸੇ ਕਿਹਦੇ ਹੱਥ 'ਚ? ਪੈਸੇ ਤਾਂ ਮੈਂਬਰ ਸਾਹਿਬ ਕੋਲ ਨੇ। ਫਿਰ ਮੈਂਬਰ ਨਹੀਂ ਲੱਗਿਆ ਉਹ ਮੈਂਬਰ, ਤੂੰ ਲੱਗਿਆ। ਚੱਲ ਬਈ ਚੱਲ, ਪੈਸੇ ਕਰਨਾ ਤੂੰ ਸਰਪੰਚਾ, ਮੇਰੀ ਕਣਕ ਵੱਢਣ ਵਾਲੀ ਪਈ ਹੈ ਯਾਰ। ਉਹ ਨਰੇਗਾ ਤੋਂ ਪੜਾ ਦੂੰ, ਅਸੀਂ ਵੱਢਦੇ ਆ ਕਿੱਥੇ ਨੇ ਨਰੇਗਾ ਤੋਂ ਪੜਾ ਦੂੰ। ਚੱਲ ਉਹ ਮੇਰੀ ਕਣਕ, ਉਹ ਨਰੇਗਾ ਤੋਂ ਪੜਾ ਦੂੰ, ਪੈਸੇ ਕਰਨਾ ਤੂੰ। ਚਲੋ ਚਲੋ ਕੋਈ ਨਾ ਸਰਪੰਚਾ, ਦੇਖੂ ਤੈਨੂੰ ਵੀ, ਤੈਨੂੰ ਪਤਾ ਨਹੀਂ ਸਰਕਾਰ ਕਿਹਦੀ ਆ ਬਦਲਾ ਆਇਆ ਹੋਇਆ। ਸਾਰੇ ਘਾਪਲੇ ਬਾਅਦ ਸਰਪੰਚ ਟੰਗਣੇ ਨੇ। ਸੈਕਟਰੀ ਸਾਹਿਬ ਆਪਾਂ ਕਿਹੜਾ ਘਾਪਲਾ ਕੀਤਾ, ਇਹ ਤਾਂ ਮੈਂਬਰ ਨੇ ਕੀਤਾ। ਮੈਂਬਰ ਬਸ ਗਿਆ, 500 ਰੁਪਇਆ ਇਕੱਠਾ ਕਰੀਏ ਨੂੰ ਮੈਂਬਰ ਨੇ ਆਪਦੇ ਤੇ ਗੱਲ ਲਿਆ ਕੇ ਤੈਨੂੰ ਬਚਾ ਲਿਆ ਅੱਜ। ਸੈਕਟਰੀ ਸਾਹਿਬ ਤੁਹਾਨੂੰ ਵਹਿਮ ਹੋਇਆ? ਕੋਈ ਨਾ ਕੋਈ ਨਾ, ਚਾਹ ਪੀ ਜਾਂਦੇ ਜੀ, ਕੋਈ ਨਾ ਪਿਉਣੇ ਤੈਨੂੰ ਚਾਹ। ਜੂਸ ਬਸ ਬਸ, ਚੱਲ ਪੈਗ ਲਵਾ ਦਾਂਗੇ ਜੀ। ਲਵਾ ਤਾ ਸੀ ਪੈਗ, ਤਾਂ ਇਹਨੇ ਮਰਵਾ ਦੇ ਸੀ। ਇਹਦਾ ਸ਼ੁਕਰ ਕਰ ਜਿਉਂਦਾ ਵਾਦਾ ਰਹੇ ਮੈਂਬਰ ਜੀ, ਤੇ ਉਹ ਗੇਮ ਪੈ ਗਈ ਜਿਹੜੀ ਮੇਰੇ ਆਪਦੇ ਤੇ ਪੈਂਦੀ ਸੀ। ਖੋਲਦੇ ਆ ਖੋਲਦੇ ਆ, ਖੁੱਲਿਆ ਤਾਂ ਪਿਆ, ਕਿਹੜਾ ਹੈਗਾ ਸਿਖਰ ਦੁਪਹਿਰੇ? ਅੱਛਾ ਬਾਬਾ ਜੀ, ਸਤਿ ਸ੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਆ ਭਗਤ ਨੀ, ਤੇਰਾ ਮੱਥਾ ਫੜ ਲਿਆ ਮੈਂ, ਬੜੀ ਦੁੱਖਾਂ ਦੀ ਮਾਰੀ ਪਈ ਆ ਤੂੰ। ਬਾਬਾ ਜੀ ਕੀ ਦੱਸਾਂ, ਬਹੁਤ ਟੈਨਸ਼ਨਾਂ ਨੇ ਮੈਨੂੰ ਤਾਂ, ਬਹੁਤ ਜ਼ਿਆਦਾ ਟੈਨਸ਼ਨਾਂ ਨੇ। ਬਾਬੇ ਟੈਨਸ਼ਨਾਂ ਹੀ ਦੂਰ ਕਰਦੇ ਆ, ਅੱਖਾਂ 'ਚ ਨੂਰ ਆ ਤੇ ਬਾਬੇ ਦੇ ਚਿਹਰੇ ਤੇ। ਬਾਬਾ ਨਿਚਲਾ ਹੋ ਕੇ ਗੱਲ ਕਰ, ਕਹੇ ਜੀਆਂ ਬੈਬ ਤਾਂ ਕਰੀ ਜਾਣਾ। ਓਹੋ ਭਗਤਣੀਏ, ਤੂੰ ਗੁੱਸਾ ਨਾ ਕਰ, ਮੈਂ ਗਲਤ ਨਹੀਂ ਕਹਿੰਦਾ ਤੈਨੂੰ। ਗੁੱਸਾ ਨਹੀਂ ਕਰਦੀ, ਮੈਨੂੰ ਕੋ ਚੰਗੀਆਂ ਜਿਹੀਆਂ ਨਹੀਂ ਲੱਗੀਆਂ ਤੇਰੀਆਂ ਗੱਲਾਂ। ਹਾਂ ਭਗਤਣੀਏ, ਚਾਹ ਤੂੰ ਪਿਆਏਗੀ? ਚਾਹ ਤਾਂ ਪਿਆਉਂਗੀ ਬਾਬਾ, ਮੈਨੂੰ ਤੇਰਾ ਕਿਸੇ ਤੇ ਮੜਾ ਗਾ ਲੱਗੀ ਜਾਂਦਾ। ਕਿੰਨੇ ਪੜਿਆ ਹੋਇਆ ਤੂੰ?
ਮੈਂ ਪੜਿਆ ਦੂਜੀ ਤੀਜੀ ਫੇਲ ਆ। ਅੱਛਾ ਤੇ ਪਰ ਆਪਾਂ ਆਈਲੈਟਸ ਵਾਲਿਆਂ ਨੂੰ ਵੀ ਕਰ ਦੇਈਦਾ ਪਾਸ। ਅੱਛਾ ਬਾਬਾ ਮੈਂ ਤੈਨੂੰ ਇੱਕ ਗੱਲ ਪੁੱਛਦੀ ਸੀ ਇੱਕ ਮਿੰਟ। ਤੂੰ ਸੱਚੀ ਮਿੱਟੀ ਬਾਬਾਂਗਾ ਕਿਉਂ ਹੀ ਤੁਰਿਆ ਫਿਰਦਾ ਕਿਤੇ ਕੱਲੀ ਕੁੜੀ ਦੇਖ ਕੇ ਘਰੇ ਆ ਰਿਹਾ ਹੋਵੇ ਡਰ ਲੱਗਦਾ ਮੇਰੇ ਘਰ ਵਾਲੇ ਦਾ ਸੁਭਾਅ ਨਹੀਂ ਹੈਗਾ। ਭਗਤ ਨਹੀਂ ਹੈ ਜਦੋਂ ਕੁੜੀ ਹੁੰਦੀ ਫਿਰ ਤਾਂ ਮੰਨਦੀ ਹੋਣਾ ਤੂੰ ਤਾਂ ਬੁੜੀ ਹੈ ਹੁਣ ਤੇਰੇ ਕੋਲੇ ਕੀ ਗੱਲ। ਬਹਿ ਜਾ ਨਿਚਲਾ ਬਾਬਾ ਬੁੜੀ ਤਾਂ ਮੈਂ ਪਹਿਲਾਂ ਕਹਾਉਂਦੀ ਸੀ ਹੁਣ ਤਾਂ ਮੈਂ 18 ਸਾਲਾਂ ਦੀ ਕੁੜੀ ਕਹਾਉਣ ਲੱਗ ਗਈ। ਉਹ ਤੂੰ ਗੱਲਾਂ ਛੱਡ ਭਗਤ ਨਹੀਂ ਤੂੰ ਦੁੱਖਾਂ ਦੀ ਪੰਡ ਚੱਕੀ ਫਿਰਦੀ ਹੈ ਸਿਰ ਤੇ। ਬਹੁਤ ਟੈਨਸ਼ਨ ਆ ਬਾਬਾ ਇਸ ਪੰਡ ਨੂੰ ਲਾ ਦੇ ਬਾਬਾ ਮੈਂ ਤਾਂ ਬਹੁਤ ਟੈਨਸ਼ਨ ਲੈਣੀ ਆ। ਲੈ ਦੁੱਖਾਂ ਦੀ ਪੰਡ ਚੱਕ ਦਈਏ। ਹਾਂ ਹਾਂ ਬਾਬਾ ਚੱਕ ਦੋ ਪੰਡ ਮੇਰੇ ਦੁੱਖਾਂ ਦੀ ਹੋਰ ਮੰਨੇਗੀ ਬਾਬਾ ਨੂੰ। ਬਾਬਾ ਜੀ ਮੈਂ ਤਾਂ ਸ਼ਰੇਆਮ ਮੰਨੂਗੀ। ਇਹਦਾ ਮੰਨਣੀ ਪੈਣਾ ਤੂੰ ਮੈਨੂੰ ਗੱਲ ਦੱਸ ਵਿੱਚੋਂ ਦਿਲ ਦੀ ਕੀ ਗੱਲ ਆ ਤੇਰੀ। ਕੀ ਦੱਸਾਂ ਬਾਬਾ ਆਪੇ ਜਾਣੀ ਜਾਣਾ ਹੁਣ ਤੂੰ ਤੈਨੂੰ ਪਤਾ ਹੀ ਹੋਣਾ। ਉਹ ਤਾਂ ਮੈਂ ਤੇਰੇ ਮੱਥੇ ਤੇ ਦੇਖ ਲਿਆ। ਮੱਥਾ ਨਾ ਬਾਲਾ ਦੇਖੀ ਜਾ ਬਾਬਾ ਲੁੱਚ ਪਹੁੰਚ ਵਾਲੀਆਂ ਗੱਲਾਂ ਕਰੀ ਜਾਣਾ ਤੂੰ ਤਾਂ ਇਹ ਜੀ ਨਹੀਂ। ਉਹ ਭਗਤ ਨਹੀਂ ਇਹ ਬਾਬੇ ਐਦਾਂ ਨਹੀਂ ਕਰਦੇ। ਤੂੰ ਸਾਨੂੰ ਲੁੱਚਪਣੇ ਕਹਿੰਦੇ ਤਾਂ ਫਿਰ ਅਸੀਂ ਚੱਲ ਵੜਦੇ। ਨਾ ਬਾਈ ਜਾ ਬਾਬਾ ਬਾਈ ਜਾ ਮੇਰੀ ਗੱਲ ਸੁਣ। ਭਗਤ ਨਹੀਂ ਇਹ ਮੇਰੀ ਗੱਲ ਸੁਣ। ਤੇਰੇ ਘਰ ਵਾਲੇ ਤੈਨੂੰ ਬਹੁਤ ਕੁੱਟਿਆ। ਕੁੱਟਿਆ ਬਾਬਾ? ਕਸੂਰ ਤੇਰਾ ਕੋਈ ਨਹੀਂ। ਕਸੂਰ ਵੀ ਕੋਈ ਨਹੀਂ। ਗੱਲ ਸਿਰਫ ਤੂੰ ਆਪਦੇ ਦਿਲ ਦੀ ਕਰਦੇ। ਦਿਲ ਦੀ ਗੱਲ ਹੈ ਬਾਬਾ ਜੀ ਦਿਲ ਦੀ ਗੱਲ। ਮੰਨਦਾ ਕੋਈ ਹੈ ਨਹੀਂ। ਮੰਨਦਾ ਨਹੀਂ ਕੋਈ ਬਾਬਾ ਜੀ ਕੀ ਦੱਸਾਂ। ਲਾ ਦਈਏ ਮੰਨਣ। ਲਾ ਦੋ ਬਾਬਾ ਜੀ ਮੈਂ ਤਾਂ ਆਪ ਕਹਿੰਨੀ ਆ। ਚੱਲ ਮੈਨੂੰ ਅੱਜ ਤੂੰ ਦਿਲ ਦੀ ਗੱਲ ਦੱਸ ਵੀ ਤੇਰੇ ਫੋਨ 'ਚ ਵੀਡੀਓ ਹੈ ਇੱਕ। ਬਾਬਾ ਜੀ ਤੁਹਾਨੂੰ ਕੀ ਪਤਾ ਹੈਗਾ। ਹਾਏ ਲੈ ਬਾਬਾ ਤਾਪੀ ਜਾਣਾ ਹੁਣ ਮਰਦੀ ਆ ਮੈਂ ਵੀ ਤੁਸੀਂ ਹੋ ਸੱਤ ਵਜਣ ਤੇ ਹੋਰ ਵੀ ਦੱਸ। ਹੋਰ ਦੱਸਦਾ ਤੈਨੂੰ ਇੱਕ ਗੱਲ ਫੋਨ ਵੀ ਚੋਰੀ ਦਾ ਬੀਬਾ। ਚੋਰੀ ਦਾ ਤਾਂ ਕੌਣ ਨੂੰ ਘਰ ਵਾਲੇ ਤਾਂ ਚੋਰੀ ਦਾ ਹੁਣ ਤਾਂ ਮੈਨੂੰ ਬੈਂਕ ਭਰਨੇ ਦੇ। ਗੱਲ ਤਾਂ ਚੋਰੀ ਦੀ ਹੈ ਨਾ। ਮੇਰੀ ਗੱਲ ਸੁਣ ਬਾਬਾ ਹੁਣ ਤੂੰ ਗੱਲ ਸੁਣੀ ਲਈ ਹੁਣ ਤੈਨੂੰ ਪਤਾ ਲੱਗ ਗਿਆ ਮੈਂ ਕਰਨੀ ਹੈ ਸਰਪੰਚ ਆ ਸਾਡੇ ਪਿੰਡ ਦਾ ਉਹਦੀ ਵੀਡੀਓ ਵਾਇਰਲ ਕਰਨੀ ਹੈ ਬਦਨਾਮੀ ਸਰਪੰਚ ਦਾ ਨਾਂ ਲੈ ਦਈਏ ਮੰਨੇਗੀ ਬਾਬਾ। ਹਾਂ ਬਾਬਾ ਲੈ ਫਿਰ ਜੱਗੀ ਸਰਪੰਚ ਦੀ ਵੀਡੀਓ ਵਾਇਰਲ ਕਰਨੀ ਹੈ। ਹਾਂ ਬਾਬਾ ਜੀ ਤੁਸੀਂ ਤਾਪੀ ਜਾਨੀ ਜਾਣੋ। ਮੇਰੀ ਗੱਲ ਸੁਣ ਬਾਬਾ ਹੁਣ ਮੈਨੂੰ ਤੇਰੇ ਤੇ ਪੂਰਾ ਯਕੀਨ ਹੋ ਗਿਆ ਭਾਵੇਂ ਆਟੇ ਦਾ ਗੱਟਾ ਲੈ ਜਾ ਚੱਕ ਕੇ ਪਰ ਮੇਰਾ ਕੰਮ ਹੋਣਾ ਚਾਹੀਦਾ। ਮੈਂ ਤੈਨੂੰ ਐਂ ਕਹਿੰਦੀ ਹਾਂ ਸਾਡੇ ਜਿਹੜਾ ਜੱਗੀ ਸਰਪੰਚ ਆ ਉਹਦੀ ਮੈਂ ਬਦਨਾਮੀ ਕਰਾਉਣੀ ਆ ਸਾਰੇ ਪਿੰਡ 'ਚ ਬਦਨਾਮੀ ਕਰਾਉਣੀ ਆ ਫਿਰ ਮੇਰਾ ਕਾਲਜਾ ਠਰੂ ਬਹੁਤ ਕਰੀਆਂ ਨੇ ਬਾਬਾ ਉਹਨੇ। ਪਰ ਉਹ ਤਾਂ ਸੰਤ ਮਾੜੇ ਚੰਗੇ ਕੰਮਾਂ ਤੋਂ ਦੂਰ ਨਾ ਬਾਬਾ ਤੈਨੂੰ ਕੰਮ ਕਰਨਾ ਪਊ। ਤੇਰਾ ਕੰਮ ਜ਼ਰੂਰ ਕਰਾਂਗੀ ਕਿਉਂਕਿ ਦੁੱਖਾਂ ਦੀ ਪੰਡ ਬੜੀ ਆ ਤੇਰੇ ਸਿਰ ਤੇ। ਕੀ ਦੱਸਾਂ ਬਾਬਾ ਇਹ ਚੱਕੇ ਬਿਨਾਂ ਮੈਂ ਨਹੀਂ ਜਾਂਦਾ। ਬਾਬਾ ਜੀ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਹਾਂ ਵੀਡੀਓ ਵਾਇਰਲ ਕਰਾਉਣੀ ਆ ਕਰ ਦੇਂਗਾ। ਵੀਡੀਓ ਵਾਇਰਲ ਜ਼ਰੂਰ ਕਰਾਂਗੇ ਭਗਤ ਨਹੀਂ ਇਹ ਤੂੰ ਗੱਲਾਂ ਕਿਹੜੀਆਂ ਕਰਦੀ ਹੈ। ਕਿਹੜੀਆਂ ਹਲੇ ਘਰੇ ਨਹੀਂ ਆਏਗਾ ਭਾਈ ਅਸੀਂ। ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਹਾਂ ਬਾਬਾ ਵੀ ਮੈਂ ਤੈਨੂੰ ਫੋਨ ਲਿਆ ਕੇ ਦਿੰਦੀ ਹਾਂ ਵੀਡੀਓ ਵਾਇਰਲ ਕਰ ਦੇ ਤੂੰ। ਲੈ ਤੂੰ ਫੋਨ ਲਿਆ ਕੇ ਦੇ ਮੈਂ ਲੈ ਕੇ ਆਉਂਦੀ ਵੀਡੀਓ ਪਿੰਡ 'ਚ ਗਏ ਆਪਾਂ ਤਾਂ ਆਲਡ ਵਾਇਰਲ 'ਚ ਫੇਮਸ ਕਰ ਦੇ ਵੀਡੀਓ ਵਾਇਰਲ ਹੋ ਗਈ ਮੈਂ ਤੈਨੂੰ ਘਰੇ ਬਿਠਾ ਕੇ ਖਾਣਾ ਖਵਾਉਂਗੀ। ਮੈਂ ਲਿਆਉਣੀ ਆ ਲਿਆ ਲਿਆ ਲੱਗਦਾ ਤੀਰ ਨਿਸ਼ਾਨੇ ਤੇ ਲੱਗ ਗਿਆ। ਆ ਜਾ ਭਗਤ ਨਹੀਂ ਹੈ ਲੈ ਫੜ ਬਾਬਾ ਫੋਨ ਅੱਲ ਮੈਂ ਲਵਕ ਖੋਲ ਕੇ ਦੇ ਦਿੰਨੀ ਆ ਇਹਦਾ। ਹੈ ਕਰ ਭਗਤ ਨਹੀਂ ਉਹ ਵੀਡੀਓ ਕੱਢ ਕੇ ਦੇ ਜਿਹੜੀ ਵਾਇਰਲ ਕਰਨੀ ਹੈ। ਆ ਭਈਆ ਬਾਬਾ ਜੀ ਵਾਇਰਲ ਕਰਦੇ ਇਹ ਵਾਇਰਲ ਕਰਦੀ ਚਿਰੜ ਪੂਣੀਆਂ ਚਿਰੜ ਪੂਣੀਆਂ ਪਿਰੜ ਪੂਣੀਆਂ ਤਾਂ ਇਹ ਵੀਡੀਓ ਵਾਇਰਲ ਕਰਦੇ ਆਲਡ ਵਰਲਡ ਫੇਮਸ ਕਰਦੇ ਆ ਜੱਗੀ ਨੂੰ ਕਰਦੇ ਬਦਨਾਮ ਤੇ ਬੇਦਰੀ ਦੀ ਗੱਲ ਕਰਾ ਦੇ। ਜੈ ਜੈਕਾਰ ਜੈ ਜੈਕਾਰ ਸਤ ਵਜਨ ਬਾਬਾ ਲੈ ਕਰਤੀ ਬਾਬਾ ਕੋਈ ਹੋਰ ਹੈਗੀ ਨਾ ਇਹੀ ਸੀ ਫਿਲਹਾਲ ਤਾਂ ਬਾਬਾ। ਬਾਬਾ ਤਾਂ ਉੱਡ ਗਈ ਆ ਚੁੱਤਾ ਇਹ ਆਲਡ ਵਰਲਡ ਚ ਫੇਮਸ ਕੀਤੀ ਹੈ ਮਤਲਬ ਪਏਗੀ ਹੁਣੇ ਮਤਲਬ ਕਿ ਇਹ ਤੇਰੇ ਫੋਨ ਚ ਉੱਡ ਗਈ ਤੇ ਆਲਡ ਵਰਲਡ ਚ ਫੇਮਸ ਹੋ ਗਈ। ਮੈਂ ਮਰ ਜਾ ਬਾਬਾ ਜਾ ਨਹੀਂ ਚੱਕਿਆ ਜਾ ਰਿਹਾ ਜੱਗੀ ਬਦਨਾਮ ਬਿੰਦਰੀ ਪਰੇਸ਼ਾਨ। ਮੈਂ ਤਾਂ ਕਾਦੀ ਪਰੇਸ਼ਾਨ ਮੈਂ ਤਾਂ ਖੁਸ਼ ਆ ਬਾਬਾ ਜੀ ਹੋਰ ਚੰਗਾ ਭਗਤ ਨਹੀਂ ਹੁਣ ਚਾਹ ਦਾ ਪਿਆ ਲੈਣੀ ਚਾਹ ਦੁੱਧ ਬਿੱਲੀ ਡੋਲ ਗਈ ਬਾਬਾ ਨਹੀਂ ਪਿਆ ਦਿੰਦੇ।
ਤੇਰੀ ਮਾੜੀ ਗੱਲ ਆ ਨਾ। ਕੋਈ ਨਾ ਮੇਰੀ ਗੱਲ ਸੁਣ, ਮੈਂ ਤੈਨੂੰ ਆਟਾ ਪਾ ਕੇ ਦੇ ਦਿੰਦੀ ਹਾਂ, ਹੋਰ ਕੀ ਚਾਹੀਦਾ। ਚੱਲ ਭਗਤਨੀ, ਤੈਨੂੰ ਆਟਾ ਵੀ ਮਾਫ ਕੀਤਾ ਸੰਤ ਤੋੜਨਾ ਦੇਈ ਬਾਬਾ ਗੇਟ।